ਪੰਜਾਬੀ ਰੇਡੀਓ ਯੂ ਐਸ ਏ ਹੈ ਹੁਣ ਤੁਸੀਂ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਜ ਕੋਲੋਂ ਅੱਜ ਬੁੱਧਵਾਰ ਦਾ ਪੰਜਾਬੀ ਖਬਰਾਂ ਦਾ ਬੁਲੇਟਿਨ ਸੁਣੋਗੇ ਪਹਿਲਾ ਅੱਜ ਦੀਆਂ ਖਾਸ-ਖਾਸ ਖਬਰਾਂ ਸੁਣੋ ਪੰਜਾਬ ਭਰ ਵਿੱਚ ਕਿਸਾਨਾਂ ਦੇ ਧਰਨੇ ਤੇ ਮੁਜ਼ਾਰੇ ਜਾਰੀ ਬਾਰਨੇ ਸੂਬਿਆਂ ਤੋਂ ਆਉਂਦੇ ਝੋਨੇ ਨੂੰ ਰੋਕਣ ਵਾਸਤੇ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਦੀ ਸਰਹੱਦ ਉੱਪਰ ਲਾਇਆ ਧਰਨਾ ਸੀਬੀਆਈ ਦੀ ਜਾਂਚ ਮੰਗੀ ਕੋਲਾ ਮੁਕਣ ਕਰਕੇ ਬਣਾਵਾਲਾ ਥਰਮਲ ਪਲਾਂਟ ਬੰਦ ਹੋਇਆ ਵਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਦੇ ਦੌਰਾਨ 71 ਸੀਟਾਂ ਤੇ ਪਈਆਂ ਵੋਟਾਂ ਵਿਹਾਰ ਵਿੱਚ ਰਾਹੁਲ ਗਾਂਧੀ ਦਾ ਸਵਾਲ ਕਿ ਭਾਰਤੀ ਜਨਤਾ ਪਾਰਟੀ ਇਹ ਦੱਸੇ ਕਿ ਦੁਸਹਿਰੇ ਦੇ ਮੌਕੇ ਤੇ ਲੋਕ ਨਰਿੰਦਰ ਮੋਦੀ ਅਡਾਨੀ ਤੇ ਅੰਬਾਨੀਆਂ ਦੇ ਪੁਤਲੇ ਸਾੜਨ ਵਾਸਤੇ ਕਿਉਂ ਮਜਬੂਰ ਹੋਏ ਪੰਜਾਬ ਵਿੱਚ ਕੋਰੋਨਾ ਵਾਇਰਸ ਨੇ 13 ਹੋਰ ਜਾਨਾਂ ਲਈਆਂ ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਵਿੱਚ ਇੱਕ ਨੌਜਵਾਨ ਕਾਰੋਬਾਰੀ ਨੇ ਸਿਰ ਵਿੱਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਹਰਿਆਣਾ ਦੇ ਪੰਚਕੁਲਾ ਵਿੱਚ ਜ਼ਹਿਰੀਲਾ ਚਾਰਾ ਖਾਣ ਨਾਲ ਮਰੀਆਂ 70 ਗਊਆਂ ਅਤੇ ਮਲਤਾਨੀ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਤ ਸਿੰਘ ਸੈਣੀ ਨੂੰ ਮਿਲੀ ਰਾਹਤ ਸੁਪਰੀਮ ਕੋਰਟ ਨੇ ਬਰਕਰਾਰ ਰੱਖੀ। ਹੁਣ ਖਬਰਾਂ ਦੀ ਤਵਸੀਲ ਸੁਣੋ। ਪੰਜਾਬ ਭਰ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੇ ਸੰਦੇ ਤੇ ਲਗਾਤਾਰ ਧਰਨੇ ਤੇ ਮੁਜਾਰੇ جاری ਨੇ। ਪੰਜਾਬ ਦੇ ਵਕਫ ਖਿਸਿਆਂ ਤੋਂ ਇਹਨਾਂ ਧਰਨੇ ਤੇ ਮੁਜਾਰੇ ਦੀਆਂ ਖਬਰਾਂ ਆ ਰਹੀਆਂ ਨੇ। ਕਿਸਾਨ 5 ਨਵੰਬਰ ਨੂੰ ਸਾਰੇ ਮੁਲਕ ਵਿੱਚ ਕੀਤੇ ਜਾ ਰਹੇ ਚੱਕਾ ਜਾਮ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਨੇ। ਨਾਲ ਹੀ ਦਿੱਲੀ ਚਲੋ ਨਾਰੇ ਦੇ ਤਹਿਤ ਦਿੱਲੀ ਨੂੰ ਘੇਰਨ ਦੇ ਸਾਰੇ ਕਿਸਾਨਾਂ ਨੂੰ 26 ਤੇ 27 ਨਵੰਬਰ ਦੇ ਸੱਦੇ ਦਿੱਤੇ ਜਾ ਰਹੇ ਨੇ। ਭਵਾਨੀਗੜ ਤੋਂ ਖਬਰ ਹੈ ਕਿ ਉੱਥੇ ਟੋਲ ਪਲਾਜ਼ਾ ਮਾਜੀ ਰੈਲयंस ਪੰਪ ਬਾਲਦ ਕਲਾ ਤੇ ਟੋਲ ਪਲਾਜ਼ਾ ਕਾਲਾ ਝਾੜ ਵਿਖੇ 28 ਮਈ ਨੂੰ ਧਰਨੇ ਜਾਰੀ ਰੱਖੇ ਗਏ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਅੱਜ ਭਵਾਨੀਗੜ ਨਾਵਾ ਮੁਖ ਮਾਰਗ ਤੇ ਟੋਲ ਪਲਾਜ਼ਾ ਮਾਜੀ ਵਿਖੇ ਧਰਨੇ 'ਚ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂ ਅਤੇ ਵਰਕਰ ਵੀ ਪਹੁੰਚੇ ਤੇ ਇਹਨਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਾਹਰ ਦੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰੱਕ ਰੋਕਣ ਲਈ ਹਰਿਆਣਾ ਤੇ ਪੰਜਾਬ ਦੀ ਸਰਹੱਦ 'ਤੇ ਲਹਿਰਾਗਾਗਾ ਪੁਲਿਸ ਪੋਸਟ ਦੇ ਨੇੜੇ ਕਿਸਾਨਾਂ ਨੇ ਪੱਕਾ ਧੜਾ ਲਾ ਦਿੱਤਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਬੀਰ ਸਿੰਘ ਜਰੂਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਾਬਕਾ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਘੋੜੇ ਨਾ ਆਪਣੇ ਦੱਸਿਆ ਕਿ ਬਾਹਰਲੇ ਸੂਬਿਆਂ ਤੋਂ ਸਸਤੇ ਰੇਟ ਵਿੱਚ ਝੋਨਾ ਧੜਾ-ਧੜਾ ਆ ਰਿਹਾ ਹੈ ਜਿਹੜਾ ਮਿਲੀ ਭੁਗ ਦੇ ਨਾਲ ਪੂਰੇ ਰੇਟ ਉੱਪਰ ਪੰਜਾਬ ਵਿੱਚ ਵੇਚਿਆ ਜਾ ਰਿਹਾ ਹੈ। ਉਨਾ ਕਹਿਆ ਕਿ ਬਾੜਲੇ ਝੋਨੇ ਕਰਕੇ ਪੰਜਾਬ ਦੇ ਕਿਸਾਨਾਂ ਦੀ ਫਸਲ ਅਨਾਜ ਵੱਡੀਆਂ ਚ ਰੁੱਲ ਰਹੀ ਹੈ ਕਿਸਾਨ ਜਥੇਬੰਦੀਆਂ ਨੇ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇ ਤਾਂ ਜੋ ਪੂਰੇ ਪੰਜਾਬ ਵਿੱਚ ਅਰਬਾਂ ਰੁਪਏ ਦੇ ਘੁਟਾਲੇ ਸਾਹਮਣੇ ਆ ਸਕਣ ਮਾਨਸਾ ਦੇ ਨੇੜੇ ਪਿੰਡ ਬਣਾਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਨਾਲ ਬਣੇ ਸਭ ਤੋਂ ਵੱਡੇ ਤਾਪਕਰ ਤਲਵੰਡੀ ਸਾਬੋ ਪਾਵਰ ਲਿਮਟਿਡ ਵਿੱਚ ਕੋਲਾ ਮੁੱਕਣ ਤੋਂ ਬਾਅਦ ਉਸ ਨੂੰ ਅੱਧੀ ਰਾਤ ਤੋਂ ਬੰਦ ਕਰ ਦਿੱਤਾ ਗਿਆ 980 ਮੈਗਾਵਾਟ ਦੇ ਇਸ ਤਾਪਕਰ ਵਿੱਚ ਤਿੰਨਾਂ ਵਿੱਚੋਂ ਇੱਕ ਯੂਨਿਟ ਹੀ ਚੱਲ ਰਿਹਾ ਸੀ ਉਹ ਵੀ ਕੋਲੇ ਦੀ ਘਾਟ ਕਾਰਨ ਬਹੁਤ ਘੱਟ ਬਿਜਲੀ ਪੈਦਾ ਕਰ ਰਿਹਾ ਸੀ ਇਸ ਥਰਮਲ ਪਲਾਂਟ ਵਿੱਚ ਕੋਲੇ ਦੀ ਘਾਟ ਉਸ ਵੇਲੇ ਪੈਦਾ ਹੋਈ ਜਦੋਂ ਤਾਪਕਰ ਤੋਂ ਜਾਂਦੀਆਂ ਰੇਲਵੇ ਲਾਈਨਾਂ ਉੱਪਰ ਕਿਸਾਨਾ ਬਲੌਨ ਮਿੱਥੇ ਸਮਲੀਤੜਨ ਲਾਇਆ ਗਿਆ ਜਥੇਬੰਦੀ ਨੇ ਇਹ ਧਾਰਨਾ ਪ੍ਰਾਈਵੇਟ ਭਾਈਵਾਲੀ ਵਾਲੇ ਤਾਪਕਰਾਂ ਦੇ ਵਿਰੋਧ ਵਿੱਚ ਲਾਇਆ ਹੋਇਆ ਹੈ ਤਾਪ ਘਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਲੇ ਦੀ ਘਾਟ ਕਰਕੇ ਹੀ ਬਿਜਲੀ ਦੀ ਪੈਦਾਵਾਰ ਬੰਦ ਹੋਈ ਹੈ ਦਿਲਚਸਪ ਗੱਲ ਹੈ ਕਿ ਇਹ ਥਰਮਲ ਪਲਾਂਟ ਪਹਿਲਾਂ ਵੀ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਸੀ ਪਰ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਲਾਈਨਾਂ ਤੋਂ ਪਿੱਛੇ ਹਟਣ ਕਰਕੇ ਇਹਦੇ ਵਿੱਚ ਕੁਝ ਗੱਡੀਆਂ ਕੋਲਾ ਆ ਗਿਆ ਸੀ ਜਦੋਂ ਕਿ ਟਰੈਕ ਖੁੱਲਣ ਤੋਂ ਅਗਲੇ ਹੀ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਵਰਾਹ ਵੱਲੋਂ ਇਸ ਨੂੰ ਜਾਂਦਿਆਂ ਰੇਲਵੇ ਲਾਈਨਾਂ ਉੱਪਰ ਫਿਰ ਤੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇਟ ਦੇ ਤਹਿਤ ਸੂਬੇ ਦੇ 16 ਜ਼ਿਲ੍ਹਿਆਂ ਦੇ 72 ਵਿਧਾਨ ਸਵਾਲ ਕਾ ਵਿੱਚ ਸਖਤ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਕੋਵਿਡ-19 ਸੰਬੰਧੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ VOTING ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ। ਸ਼ਾਮ 5 ਵਜੇ ਤੱਕ ਉੱਥੇ 60% ਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਆਖਰੀ ਖਬਰਾਂ ਔਰਤ ਬਾਅਦ ਹੀ ਪਤਾ ਲੱਗੇਗਾ ਕਿ ਵੋਟਾਂ ਕਿੰਨੇ ਫੀਸਦੀ ਪਈਆਂ ਨੇ। ਬਿਹਾਰ ਦੇ ਦਰਬੰਗਾ ਵਿੱਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ 2 ਘੰਟੇ ਬਾਅਦ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪੱਛਮੀ ਚੰਪਾਰਨ ਵਿੱਚ ਇੱਕ ਸਭਾ ਕੀਤੀ। ਉਹਨਾਂ ਕਿਹਾ ਕਿ ਆਮ ਤੌਰ ਤੇ ਦਸਹਿਰੇ ਨੂੰ 라ਵਣ, ਕੁੰਭਕਰਨ ਤੇ ਮੇਗਨਾਥ ਦੇ ਪੁਤਲੇ ਸਾੜੇ ਜਾਂਦੇ ਨੇ ਪਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਪੰਜਾਬ ਵਿੱਚ ਦਸਹਿਰੇ ਦੇ ਮੌਕੇ ਤੇ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਸਾੜੇ ਗਏ। ਅੱਜ ਭਾਰਤ ਦਾ ਕਿਸਾਨ ਮੋਦੀ ਦਾ ਪੁਤਲਾ ਕਿਉਂ ਸਾੜ ਰਿਹਾ ਹੈ? ਇਹ ਵੱਡਾ ਸਵਾਲ ਹੈ। ਨतीश ਕੁਮਾਰ ਨੇ 2006 ਵਿੱਚ ਬਿਹਾਰ ਦੇ ਨਾਲ ਜੋ ਕੀਤਾ ਉਹ ਅੱਜ ਨਰਿੰਦਰ ਮੋਦੀ 2020 ਵਿੱਚ ਪੂਰੇ ਪੰਜਾਬ, ਬਿਹਾਰ ਤੇ ਹਿੰਦੁਸਤਾਨ ਨਾਲ ਕਰ ਰਹੇ ਨੇ। ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਵਿੱਚ ਲਗਾਤਾਰ ਕਮੀ ਆ ਰਹੀ ਹੈ। ਅੱਜ ਦੀਆਂ ਖਬਰਾਂ ਦੇ ਮੁਤਾਬਕ 13 ਹੋਰ ਨਵੀਆਂ ਮੌਤਾਂ ਹੋਈਆਂ ਨੇ। ਇਹਨਾਂ ਵਿੱਚੋਂ ਜਲੰਧਰ ਵਿੱਚ 3, ਲੁਧਿਆਣਾ ਤੇ ਰੋਪੜ ਵਿੱਚ 2-2, ਅਮਰਸਰ, ਫਾਜ਼ਿਲਕਾ, ਬਠਿੰਡਾ ਅਤੇ ਹੁਸ਼ਿਆਰਪੁਰ ਤੇ ਕਪੂਰਥਲਾ ਤੇ ਸਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇੱਕ-ਇੱਕ ਹੋਰ ਮੌਤ ਹੋ ਗਈ ਹੈ। ਪੰਜਾਬ ਵਿੱਚੋਂ ਹੁਣ ਤੱਕ 25,115,967 ਦੇ ਕਰੀਬ ਕੁੱਲ ਨਮੂਨੇ ਲਏ ਗਏ ਜਿਨ੍ਹਾਂ ਦੇ ਵਿੱਚੋਂ 1,31,737 ਮਰੀਜ਼ ਪੋਜ਼ਿਟਿਵ ਪਾਏ ਗਏ ਤੇ ਇਹਨਾਂ ਵਿੱਚੋਂ 123510 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਇਸ ਵੇਲੇ 4099 ਮਰੀਜ਼ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ ਇਹਦੇ ਵਿੱਚੋਂ 105 ਮਰੀਜ਼ਾਂ ਨੂੰ ਆਕਸੀਜਨ ਤੇ ਰੱਖਿਆ ਗਿਆ ਹੈ ਜਦਕਿ 19 ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਕੁੱਲ ਮਿਲਾ ਕੇ ਪੰਜਾਬ ਵਿੱਚ ਹੁਣ ਤੱਕ 4138 ਜਣਿਆਂ ਦੀ ਜਾਨ ਜਾ ਚੁੱਕੀ ਹੈ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 7990000 700 ਤੋਂ ਜ਼ਿਆਦਾ ਕੇਸ ਆ ਚੁੱਕੇ ਨੇ ਅੱਜ ਇਹ ਅੰਕੜਾ 80 ਲੱਖ ਤੋਂ ਪਾਰ ਚਲਾ ਜਾਏਗਾ ਇਲਾਜ ਅਧੀਨ ਕੇਸ ਵੀ 611000 ਦੇ ਜੋ 6 ਲੱਖ ਤੋਂ ਠੇਠ ਆ ਸਕਦੇ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ 43034 ਨਵੇਂ ਕੇਸ ਆਏ 58428 ਮਰੀਜ਼ ਠੀਕ ਹੋ ਗਏ ਤੇ 517 ਜਣਿਆਂ ਦੀ ਮੌਤ ਹੋਈ ਹੁਣ ਤੱਕ 7257444 ਲੋਕ ਭਾਰਤ ਵਿੱਚ ਠੀਕ ਹੋ ਚੁੱਕੇ ਨੇ ਕੋਰੋਨਾ ਵਾਇਰਸ ਨਾਲ ਹੁਣ ਤੱਕ 120000 ਕਾਹਟ ਮਰੀਜ਼ਾਂ ਦੀ ਭਾਰਤ ਵਿੱਚ ਮੌਤ ਹੋ ਚੁੱਕੀ ਹੈ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੋਂ ਸੁਣ ਰਹੇ ਹੋ ਤੇਰਾ ਖਬਰਾਂ ਨੂੰ ਸਾਡੇ ਚੰਡੀਗੜ੍ਹ ਸਟੂਡੀਓ ਤੋਂ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਖਬਰਾਂ ਨੂੰ ਸਪਾਂਸਰ ਕਰ ਰਹੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਉਹ ਆਵਾ ਕੇਅਰ ਤੇ ਕਵਰਟ ਕੈਲੀਫੋਰਨੀਆ ਦੀ ਐਪਲੀਕੇਸ਼ਨਸ ਸ਼ੁਰੂ ਹੋ ਚੁੱਕੀਆਂ ਨੇ ਹੈਲਥ ਇੰਸ਼ੋਰੈਂਸ ਨਾ ਕਰਾਉਣ ਦੀ ਹਾਲਤ ਵਿੱਚ ਘੱਟੋ ਘੱਟ 750 ਡਾਲਰ ਪ੍ਰਤੀ ਵਿਅਕਤੀ ਜੁਰਮਾਨਾ ਹੋਏਗਾ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਰੀਨਿਊ ਕਰਾਉਣਾ ਜਾਂ ਫਿਰ ਨਵੀਂ ਭਰਨੀ ਹੈ ਤੇ ਅੱਜ ਹੀ ਕਾਲ ਕਰੋ 408 272 2500 ਯਾਦ ਰੱਖੋ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਦਫਤਰ ਸਾਰਾ ਸਾਲ ਖੁੱਲ੍ਹਾ ਰਹਿੰਦਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 4082722500 ਚਲੋ ਫਿਰ ਚੱਲਦੇ ਹਾਂ ਕੁਝ ਹੋਰ ਖਬਰਾਂ ਵੱਲ ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਵਿੱਚ ਉੱਗੇ ਨੌਜਵਾਨ ਕਾਰੋਬਾਰੀ ਨੇ ਅੱਜ ਤੜਕੇ ਕਥਿਤ ਤੌਰ ਤੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਤੇ ਬਾਅਦ ਦੁਪਹਿਰ ਜਲੰਧਰ ਦੇ ਇੱਕ ਹਸਪਤਾਲ ਵਿੱਚ ਉਸਨੇ ਦਮ ਤੋੜ ਦਿੱਤਾ ਮ੍ਰਿਤਕ ਦਾ ਪਰਿਵਾਰ ਗੁਰਦਾਨਨ ਕਾਰਟੋ ਐਂਟਰਪ੍ਰਾਈਜ਼ਸ ਦਾ ਮਾਲਕ ਹੈ 40 ਸਾਲਾਂ ਗੁਰਿੰਦਰ ਸਿੰਘ ਸੇਹਰਾ ਨੇ ਕਥਿਤ ਤੌਰ ਤੇ ਤੜਕੇ 2:00 ਆਪਣੇ ਘਰ ਰਿਵਾਲਵਰ ਦੇ ਨਾਲ ਆਪਣੀ ਗੋਲੀ ਮਾਰੀ ਪੁਲਿਸ ਮੁਤਾਬਕ ਪਰਿਵਾਰ ਦੇ ਗੋਲੀ ਦੀ ਆਵਾਜ਼ ਸੁਣੀ ਤੇ ਗੁਰਿੰਦਰ ਸਿੰਘ ਨੂੰ ਫਗਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ ਜਿੱਥੋਂ ਉਸ ਨੂੰ ਜਲੰਧਰ ਦੇ ਜੋਹਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਡਾਕਟਰਾਂ ਨੇ ਦੱਸਿਆ ਕਿ ਗੁਰਿੰਦਰ ਦੀ ਹਾਲਤ ਗੰਭੀਰ ਸੀ ਤੇ ਉਸ ਨੂੰ ਸਰਜਰੀ ਤੋਂ ਬਾਅਦ ਵੀ ਬਚਾਇਆ ਨਹੀਂ ਜਾ ਸਕਿਆ ਮੌਕੇ ਵਾਰਦਾਤ ਤੋਂ ਕੋਈ ਵੀ ਖੁਦਕੁਸ਼ੀ ਨੋਟ ਨਹੀਂ ਮਿਲਿਆ ਸੂਤਰ ਦੱਸਦੇ ਨੇ ਕਿ ਗੁਰਿੰਦਰ ਸਿੰਘ ਨੇ ਪਰਿਵਾਰਕ ਝਗੜੇ ਤੋਂ ਬਾਅਦ ਇਹ ਕਦਮ ਚੁੱਕਿਆ ਹੈ ਪਰਿਵਾਰ ਦੇ ਮੁਤਾਬਕ ਗੁਰਿੰਦਰ ਕਈ ਮਹੀਨਿਆਂ ਤੋਂ ਤਣਾਅ ਵਿੱਚ ਸੀ ਤੇ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀ ਪੰਜਾਬ ਦੇ ਉਮਰਸਾ ਜ਼ਿਲ੍ਹੇ ਵਿੱਚ ਮਾਨਾਵਾਲਾ ਪਿੰਡ ਵਿੱਚ ਕੁਝ ਸ਼ਰਾਰਤੀ ਲੋਕਾਂ ਨੇ ਦਸਹਿਰੇ ਵਾਲੇ ਦਿਨ 라ਵੜ ਦੀ ਥਾਂ ਤੇ ਭਗਵਾਨ ਸ਼੍ਰੀ ਰਾਮ ਦੇ ਪੁਤਲੇ ਦਾ ਦਹਨ ਕਰ ਦਿੱਤਾ ਸੀ ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ 14 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਇਹਦੇ ਵਿੱਚੋਂ 4 ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ 10 ਦੀ ਗ੍ਰਿਫਤਾਰੀ ਵਾਸਤੇ ਯਤਨ ਜਾਰੀ ਨੇ ਹਰਿਆਣਾ ਦੇ ਪੰਚਕੁਲਾ ਵਿੱਚ ਮਾਤਾ ਮਨਸਾ ਦੇਵੀ ਗੋਤਾਮ ਬੌਸ਼ਾਲਾ ਵਿੱਚ ਕਥਿਤ ਜ਼ਹਿਰੀਲੇ ਚਾਰੇ ਕਰਕੇ ਅਜ ਸਵੇਰੇ 70 ਗਾਵਾਂ ਦੀ ਮੌਤ ਹੋ ਗਈ ਤੇ 30 ਗਾਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਸ ਘਟਨਾ ਤੋਂ ਤੁਰੰਤ ਬਾਅਦ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਤੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਆਹੂਜਾ ਮੌਕੇ ਤੇ ਪਹੁੰਚੇ ਸ਼੍ਰੀ ਗੁਫਤਾਨ ਦਸਯਾਕੀ ਮਾਮਲੇ ਦੀ ਜਾਂਚ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਵੈਟਰਨਰੀ ਟੀਮ ਦਾ ਇਹ ਮੰਨਣਾ ਹੈ ਕਿ ਇਹਨਾਂ ਪਸ਼ੂਆਂ ਦੀ ਮੌਤ ਜ਼ਹਿਰੀਲਾ ਚਾਰਾ ਖਾਣ ਕਰਕੇ ਹੋਈ ਹੈ ਬਲਵੰਤ ਸਿੰਘ ਮਲਤਾਨੀ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਪੰਜਾਬ ਦੇ ਸਾਬਕਾ ਬਹੁਤ ਚਰਚਿਤ ਪੁਲਸ ਮੁਖੀ ਸਮੇਤ ਸੈਣੀ ਦੇ ਖਿਲਾਫ ਮਹਾਲੀ ਦੇ ਮਟੋਰ ਥਾਣੇ ਵਿੱਚ ਧਾਰਾ 302 ਤੇ 364 ਸਮੇਤ ਹੋਰਨਾਂ ਸਖਤ ਧਾਵਾਂ ਤਹਿਤ ਦਰਜ ਹੋਈ ਐਫਆਈਆਰ ਨੂੰ ਰੱਦ ਕਰਨ ਤੇ ਸੈਣੀ ਦੀ ਪੱਕੀ ਜ਼ਮਾਨਤ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਸਾਬਕਾ ਡੀਜੀਪੀ ਨੂੰ ਪਹਿਲਾਂ ਤੋਂ ਦਿੱਤੀ ਆਰਜ਼ੀ ਜ਼ਮਾਨਤ ਨੂੰ ਬਰਕਰਾਰ ਰੱਖਦਿਆਂ ਦੋਵਾਂ ਮਾਮਲਿਆਂ 'ਤੇ ਸੁਣਵਾਈ ਲਈ 17 ਨਵੰਬਰ ਤੈਅ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਪਿਛਲੀ ਤਰੀਕ ਤੇ ਪੰਜਾਬ ਸਰਕਾਰ ਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰਕੇ ਦਨ ਹਫਤੇ ਦੇ ਅੰਦਰ ਅੰਦਰ ਆਪਣਾ ਜਵਾਬ ਦਾਖਲ ਕਰਨ ਵਾਸਤੇ ਆਖਿਆ ਸੀ ਤਾਂ ਜੋ ਇਸ ਕੇਸ ਦਾ ਨਿਵੇੜਾ ਕੀਤਾ ਜਾ ਸਕੇ ਪਰ ਪੰਜਾਬ ਸਰਕਾਰ ਨੇ ਅਜ ਆਪਣਾ ਜਵਾਬ ਦਾਖਲ ਨਹੀਂ ਕੀਤਾ ਤੇ ਅਦਾਲਤ ਤੋਂ ਕੁਝ ਹੋਰ ਦਿਨਾਂ ਦੀ ਮਹਲਤ ਮੰਗੀ ਹੈ ਪੀੜਤ ਪਰਿਵਾਰ ਦੇ ਵਕੀਲ ਪ੍ਰਦੀਪ ਸਿੰਘ ਵੀਰਕ ਨੇ ਦੱਸਿਆ ਕਿ ਇਹ ਬਹੁਤ ਗੰਭੀਰ ਮਸਲਾ ਹੈ ਕਿ ਇਸ ਮੁੱਚੇ ਮਾਮਲੇ ਦੀ ਤੈਅ ਤੱਕ ਜਾਣ ਲਈ ਸਾਬਕਾ ਡੀਜੀਪੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰਨੀ ਬਹੁਤ ਜ਼ਰੂਰੀ ਹੈ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵੱਲੋਂ ਹੋਰਨਾਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਅਮਰਸਰ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਖਿਲਾਫ ਧਰਨਾ ਲਾਇਆ ਗਿਆ ਹੈਰੀਟੇਜ ਸਟਰੀਟ ਵਿੱਚ ਦਿੱਤੇ ਗਏ ਧਰਨੇ ਵਿੱਚ ਜਥੇਵੰਦੀ ਦੇ ਬੁਲਾਰੇ ਭਾਈ ਮੋਹਨ ਸਿੰਘ ਨੇ ਆਖਿਆ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ 328 ਪਾਵਨ ਸਰੂਪਾ ਦੇ ਬਾਰੇ ਵਿੱਚ ਸਿੱਖ ਸੰਗਤ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਦੋਸ਼ੀਆਂ ਦੇ ਖਿਲਾਫ ਕੋਈ ਪੁਲਿਸ ਕਾਰਵਾਈ ਕੀਤੀ ਹੈ ਇਸ ਬਾਰੇ ਮੰਨ ਕਰ ਰਹੀਆਂ ਸਿੱਖ ਜਥੇਵੰਦੀਆਂ ਦੇ ਕਾਰਕੁਨਾਂ ਨੂੰ ਕਿਰਪਾਨਾਂ ਤੇ ਡਾਂਗਾਂ ਦੇ ਨਾਲ ਘੁੱਟਿਆ ਗਿਆ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਮਰਸਰ ਹਵਾਰਾ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਦੇ ਘਰਕਨ ਵੀ ਪਹੁੰਚੇ ਅਮਰੀਕਾ ਦੇ ਨਿਆਂ ਵਿਭਾਗ ਨੇ ਦੇਸ਼ ਦੀ ਇੱਕ ਕੰਪਨੀ ਵੱਲੋਂ ਭਾਰਤ ਦੇ ਇੱਕ ਅਧਿਕਾਰੀ ਨੂੰ ਕਥਤ ਤੌਰ ਤੇ ਭਾਰਤ ਵਿੱਚ ਆਪਣੇ ਪੀਣ ਵਾਲੇ ਪਦਾਰਥਾਂ ਦੇ ਮੰਡੀਕਰਨ ਤੇ ਵੇਚਣ ਲਈ ਲਾਇਸੈਂਸ ਲੈਣ ਵਾਸਤੇ 10 ਲੱਖ ਰੁਪਏ ਰਿਸ਼ਵਤ ਦੇਣ ਦੇ ਦੋਸ਼ ਵਿੱਚ ਜਾਂਚ ਸ਼ੁਰੂ ਕੀਤੀ ਹੈ ਕੰਪਨੀ ਨੇ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ ਕੇਸ ਨੂੰ ਬੰਦ ਕਰਨ ਲਈ 1 ਕਰੋੜ 95 ਲੱਖ ਡਾਲਰ ਦੇਣ ਲਈ ਸਹਿਮਤੀ ਦਿੱਤੀ ਹੈ ਸ਼ਿਕਾਗੋ ਵਿੱਚ ਕੰਪਨੀ ਨੇ 2006 ਵਿੱਚ ਭਾਰਤੀ ਕਾਰੋਬਾਰ ਐਕਵਰ ਕੀਤਾ ਸੀ ਅਮਰੀਕੀ ਨਿਆਂ ਵਿਭਾਗ ਦਾ ਇਲਜ਼ਾਮ ਹੈ ਕਿ ਬੀਮ ਇੰਡੀਆ ਨੇ ਆਪਣੇ ਕਾਰੋਬਾਰ ਨੂੰ ਕਾਇਮ ਰੱਖਣ ਲਈ ਸਾਲ 2012 ਦੀ ਤੀਜੀ ਤਿमाही ਵਿੱਚ ਰਿਸ਼ਵਤ ਦਿੱਤੀ ਤੇ ਗਲਤ ਭੁਗਤਾਨ ਕੀਤੇ ਖਾਸ ਖਬਰਾਂ ਇੱਕ ਵਾਰੀ ਫੇਰ ਸੁਣੋ ਪੰਜਾਬ ਭਾਰ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਧਰਨੇ ਤੇ ਮੁਜ਼ਾਰੇ جاری 12 ਸੂਬਿਆਂ ਤੋਂ ਉਹਦੇ ਝੋਨੇ ਨੂੰ ਰੋਕਣ ਲਈ ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ਦੀ ਸਰਹੱਦ ਤੇ ਲਾਇਆ ਧਰਨਾ ਸੀਬੀਆਈ ਦੀ ਜਾਂਚ ਮੰਗੀ ਕੋਲਾ ਮੁਕਰ ਕਰਕੇ ਬਰਾਂ ਵਾਲਾ ਥਰਮਲ ਪਲਾਂਟ ਬੰਦ ਬਿਹਾਰ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਦੇ ਦੌਰਾਨ 71 ਸੀਟਾਂ ਤੇ ਪਈਆਂ ਵੋਟਾਂ ਬਿਹਾਰ ਵਿੱਚ ਰਾਹੁਲ ਗਾਂਧੀ ਦਾ ਸਵਾਲ ਕਿ ਭਾਰਤੀ ਜਨਤਾ ਪਾਰਟੀ ਦੱਸੇ ਕਿ ਦੁਸਹਿਰੇ ਦੇ ਮੌਕੇ ਤੇ ਲੋਕ ਨਰਿੰਦਰ ਮੋਦੀ ਅਡਾਨੀ ਤੇ ਅੰਬਾਨੀਆਂ ਦੇ ਪੁਤਲੇ ਸਾੜਨ ਵਾਸਤੇ ਕਿਉਂ ਮਜਬੂਰ ਹੋਏ ਪੰਜਾਬ ਵਿੱਚ ਕੋਰੋਨਾ ਵਾਇਰਸ ਨੇ 13 ਹੋਰ ਜਾਨਾਂ ਲਈਆਂ ਜਲੰਧਰ ਜ਼ਿਲ੍ਹੇ ਦੇ ਪਿੰਡ ਬਿਰਕਾਂ ਵਿੱਚ ਨੌਜਵਾਨ ਕਾਰੋਵਾਰੀ ਨੇ ਸਿਰ ਵਿੱਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਹਰਿਆਣਾ ਦੇ ਪੰਚਕੁਲਾ ਵਿੱਚ ਜ਼ਹਿਰੀਲਾ ਚਾਰਾ ਖਾਣ ਨਾਲ ਮਰੀਆਂ 70 ਗਊਆਂ ਅਤੇ ਮਲਤਾਨੀ ਮਾਮਲੇ ਵਿੱਚ ਸਮੇਤ ਸਿੰਘ ਸੈਣੀ ਨੂੰ ਮਿਲੀ ਰਾਹਤ ਸੁਪਰੀਮ ਕੋਰਟ ਨੇ ਬਰਕਰਾਰ ਰੱਖੀ ਇਸਨ ਸਾਡੀਆਂ ਅੱਜ ਦੀਆਂ ਖਬਰਾਂ ਤਾਜ਼ਾ ਖਬਰਾਂ ਲਈ ਕੱਲ ਇਸੇ ਵਕਤ ਆਪਣੀ ਫਿਰ ਮੁਲਾਕਾਤ ਹੋਏਗੀ ਹੁਣ ਦਿਓ ਸੁਸ਼ੀਲ ਦਸਾਈ ਨੂੰ ਆਗਿਆ ਪੰਜਾਬ ਰੇਡੀਓ ਯੂਐਸਏ ਦੇ ਸਰੋਤਿਆਂ ਲਈ ਬਹੁਤ ਬਹੁਤ ਸ਼ੁਭ ਸ਼ਾਮਾਂ